और अपनी दोस्ती अपनी जिहड़ी कहिंदे ने जी वाकफियत कह लो रिलेशन कह लो पिछले बड़े लंबे अरसे तो है और कुछ साढ़े जिहड़े कॉमन फ्रेंड्स राही भी मैनूं पता है कि तुहाडे जीवन की जिहड़ी किवें शुरुआत हुई किहड़े संघर्षां चों तुसीं निकले पर बड़े थोड़े जिहे एक्टर हुंदे आ फिल्म इंडस्ट्री मैं मंदा कि जिहड़े चिकने चुपड़े चेहरे हुंदे आ खूबसूरत जिहड़ियां शकलां हुंदियां उहनां करके लोग फिल्मां नूं ग्लैमर है लेकिन बड़े थोड़े लोग है जिहड़े अपनी एक्टिंग अपनी स्किल अपनी कला दे बलबूते ते अपना जिहड़ा नाम बनांदे आ। ओमपुरी साहब नाल साडा बड़ा परिवारिक बहुत क्लोज रिलेशन रहा फैमिली वांग रहा ते उहनां तों वी बड़ा कुछ मैं लाइफ सिखिया ते मैनूं कई वारी उह झलक तुहाडे च देखण नूं मिलदी है कि तुसीं वी ਪੰਜਾਬੀ ਫਿਲਮਾਂ ਦੀ ਅਗਰ ਗੱਲ ਕਰੀਏ ਤੇ ਆਪਣਾ ਨਾਮ ਬਣਾਇਆ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਸਟੂਡੀਓ ਵਿੱਚ। ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ ਤੁਹਾਡਾ ਔਰ ਤੁਹਾਡੇ ਪਰਿਵਾਰ ਦਾ ਭੈਣ ਜੀ ਸਾਹਮਣੇ ਬੈਠੇ ਨੇ ਤੁਸੀਂ ਪਰਿਵਾਰ ਹੀ ਆਪਾਂ ਇੱਕ ਤੇ ਤੁਹਾਡੀਆਂ ਗੱਲਾਂ ਤੋਂ ਵੀ ਪਤਾ ਲੱਗ ਗਿਆ ਹੋਣਾ ਸਰੋਤਿਆਂ ਨੂੰ ਵੀ ਦਰਸ਼ਕਾਂ ਨੂੰ ਵੀ ਕਿ ਸਾਡਾ ਰਿਲੇਸ਼ਨ ਕੀ ਹੈ। ਤੁਸੀਂ ਜਿਹੜਾ ਕੰਪਲੀਮੈਂਟ ਦਿੱਤਾ ਪੁਰੀ ਸਾਹਿਬ ਨਾਲ ਇਹ ਮੇਰੇ ਲਈ ਬਹੁਤ ਵੱਡਾ ਕੰਪਲੀਮੈਂਟ ਹੈ ਔਰ ਕਿਉਂਕਿ ਮੈਂ ਪਹਿਲੀ ਵਾਰੀ ਉਹਨਾਂ ਨੂੰ ਚੰਨ ਪਰਦੇਸੀ ਵਿੱਚ ਜੋ ਡਾਇਲੋਗ ਬੋਲਦੇ ਦੇਖਿਆ ਸੀ ਤਾਂ ਮੈਨੂੰ ਐ ਹੁੰਦਾ ਸੀ ਜੇ ਕਦੇ ਮੈਂ ਸਕਰੀਨ ਤੇ ਜਾਵਾਂ ਯਾਰ ਮੈਂ ਇਹਨਾਂ ਵਾਂਗੂ ਬੋਲ ਸਕੂੰਗਾ। ਕੀ ਬਾਤ। ਸੋ ਉਹਨਾਂ ਨਾਲ ਕੰਮ ਕਰਨ ਦਾ ਵੀ ਮੌਕਾ ਮਿਲਿਆ ਔਰ ਤੁਹਾਡੇ ਰਾਹੀਂ ਮਿਲਣ ਦਾ ਮੌਕਾ ਵੀ ਮਿਲਿਆ ਔਰ ਇਸ ਮੁਹੱਬਤ ਲਈ ਇੱਥੇ ਬੁਲਾਉਣ ਲਈ ਬਹੁਤ ਬਹੁਤ ਧੰਨਵਾਦ। ਚਲੋ ਜੀ ਮੈਂ ਚਾਹਾਂਗਾ ਆਪਾਂ ਥੋੜ੍ਹੀ ਜਿਹੀ ਗੱਲ ਰਾਜਵੀਰ ਨਾਲ ਕਰੀਏ ਫਿਰ ਤੁਹਾਡੇ ਨਾਲ ਅਸੀਂ ਲੰਬੀ ਗੱਲ ਕਰਨੀ ਹੈ। ਰਾਜਵੀਰ ਮੈਨੂੰ ਇਹ ਤਾਂ ਪਤਾ ਤੁਸੀਂ ਇੱਕ ਅੱਛੇ ਰੇਡੀਓ ਹੋਸਟ ਹੋ ਔਰ ਪਰ ਜਿਹੜਾ ਤੁਹਾਡਾ ਮੈਂ ਉਸ ਦਿਨ ਸਟੇਜ ਦੇ ਉੱਤੇ ਜੋ ਤੁਹਾਡੀ ਕਲਾਕਾਰੀ ਦੇਖੀ ਤੁਹਾਡਾ ਇਹ ਹੁਨਰ ਦੇਖਿਆ ਮੈਂ ਵੀ ਉਹਦਾ ਕਾਇਲ ਹੋ ਗਿਆ ਔਰ ਮੈਨੂੰ ਖੁਸ਼ੀ ਇਹ ਹੋ ਰਹੀ ਸੀ ਕਿ ਕਿਉਂਕਿ ਰਾਣਾ ਜੀ ਤੇ ਬੜੇ ਮੰਝੇ ਹੋਏ ਕਲਾਕਾਰ ਨੇ ਬਹੁਤ ਥੀਏਟਰ ਕੀਤਾ ਇਹਨਾਂ ਨੇ ਤਜਰਬਾ ਬਹੁਤ ਹੈ ਪਰ ਜਿਵੇਂ ਤੁਸੀਂ ਨਾਲ ਸੰਭਾਲ ਲਿਆ ਉੱਥੇ ਸਾਊਂਡ ਦੀ ਵੀ ਥੋੜ੍ਹੀ ਜਿਹੀ ਪ੍ਰੋਬਲਮ ਸ਼ੁਰੂ 'ਚ ਆ ਗਈ ਪਰ ਜੋ ਤੁਸੀਂ ਇਹਨਾਂ ਦਾ ਸਾਥ ਦਿੱਤਾ ਔਰ ਇੰਨਾ ਲੰਮਾ ਪਲੇ ਔਰ ਲਗਾਤਾਰ ਤੁਸੀਂ ਦੋਵਾਂ ਜਣਿਆਂ ਨੇ ਜਿਵੇਂ ਉਹਨੂੰ ਸੰਭਾਲਿਆ ਔਰ ਕੀਲ ਕੇ ਰੱਖ ਦਿੱਤੇ ਦਰਸ਼ਕ ਇਹਦੇ ਲਈ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ। ਸੋ ਸੈਣੀ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਪਿਆਰ ਸਤਿਕਾਰ ਸਾਹਿਤ ਬੁਲਾਈ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ ਜੀ। ਸੁਪਰਵਾਸੀ ਦਾ ਜਿੱਡਾ ਵੀ ਪਰਿਵਾਰ ਆ ਬਹੁਤ ਵੱਡਾ ਪਰਿਵਾਰ ਆ। ਸੋ ਤੁਹਾਡੇ ਇਹ ਲਫ਼ਜ਼ ਸਾਡੇ ਲਈ ਬਹੁਤ ਮਾਇਨੇ ਰੱਖਦੇ ਆ ਕਿਉਂਕਿ ਤੁਸੀਂ ਸਾਡੇ ਬਹੁਤ ਸੀਨੀਅਰ ਹੋ। ਤੁਸੀਂ ਤਾਂ ਪਾਏ ਪੂਰਨੇ ਤੇ ਅਸੀਂ ਚੱਲ ਰਹੇ ਹਾਂ ਛੋਟੇ ਹਾਂ ਬਹੁਤ ਪਰ ਤੁਹਾਡੇ ਮੂੰਹੋਂ ਜਦੋਂ ਇਹ ਸ਼ਬਦ ਸੁਣਦੇ ਹਾਂ ਕਿ ਉਹਦੇ ਲਈ ਸਾਨੂੰ ਮੈਨੂੰ ਲੱਗਦਾ ਕਿ ਇਹ ਤੋਂ ਵੱਡੀ ਐਪਰੀਸ਼ੀਏਸ਼ਨ ਨਹੀਂ ਹੋ ਸਕਦੀ। ਇਹ ਬਲੈਸਿੰਗਸ ਨੇ ਤੇ ਮੈਂ ਬਾਈ ਰਾਣਾ ਉਹਨਾਂ ਦਾ ਬਹੁਤ ਵੱਡਾ ਫੈਨ ਆਪ ਵੀ ਹਾਂ ਜੀ ਇਹਨਾਂ ਦੀ ਲਿਖਣੀ ਦਾ ਇਹਨਾਂ ਦੀ ਐਕਟਿੰਗ ਦਾ ਤੇ ਮੈਨੂੰ ਲੱਗਦਾ ਕਿ ਅਸੀਂ ਬਲੈਸਡ ਹਾਂ ਜਿਹੜੇ ਇਹਨਾਂ ਸਟੇਜ ਸਾਂਝੀ ਕਰਨ ਦਾ ਮੌਕਾ ਮਿਲ ਗਿਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਮੈਂ ਜਿਸ ਤਰ੍ਹਾਂ ਜ਼ਿਕਰ ਕਰ ਰਿਹਾ ਓਮਪੁਰੀ ਸਾਹਿਬ ਦਾ ਤੇ ਮੈਂ ਮਹਿਸੂਸ ਕਰ ਰਿਹਾ ਤੁਹਾਡੇ ਆਪਸੋ ਰਿਲੇਸ਼ਨਸ਼ਿਪ ਨੂੰ ਪੂਰੀ ਸਾਹਿਬ ਦੇ ਨਾਲ ਸਾਡੀ ਜਿਹੜਾ ਮੁਲਾਕਾਤ ਹੋਈ ਆਏ ਤੇ ਪੀਫਾ ਆਪਣੇ ਪ੍ਰਵਾਸੀ ਅਵਾਰਡ ਲਈ ਸੀ ਉਸ ਤੋਂ ਬਾਅਦ ਉਹਨਾਂ ਨਾਲ ਪਰਿਵਾਰਕ ਰਿਲੇਸ਼ਨ ਬਣੇ ਜੋ ਸਾਡੀ ਨੇੜਤਾ ਹੋ ਗਈ। ਪੀਫਾ ਕਦੀ ਨਾ ਹੁੰਦਾ ਜੇ ਪੂਰੀ ਸਾਹਿਬ ਨਾ ਮੈਨੂੰ ਇਹਨਾਂ ਸਪੋਰਟ ਕਰਦੇ ਤਾਂ ਕਈ ਵਾਰੀ ਇਹੋ ਜਿਹੇ ਲੋਕਾਂ ਨਾਲ ਮਿਲ ਕੇ ਤੁਹਾਡਾ ਜੀਵਨ ਹੀ ਚੇਂਜ ਹੋ ਜਾਂਦਾ ਹੈ ਤਾਂ ਆਮ ਸ਼ੋਰ ਤੁਸੀਂ ਉਹ ਫਰਕ ਮਹਿਸੂਸ ਕਰ ਰਹੇ ਹੋਗੇ। 100% ਬਹੁਤ ਸਾਰੀਆਂ ਚੇਂਜਸ ਹਰ ਰੋਜ਼ ਨਵਾਂ ਕੁਝ ਸਿੱਖਣ ਨੂੰ ਜਦੋਂ ਇਹਨਾਂ ਨਾਲ ਬੈਠਣਾ ਉੱਠਣਾ ਕਿਤਾਬਾਂ ਨਾਲ ਲਗਾ ਹੋਣਾ ਪਿਆਰ ਹੋਣਾ ਹਨਾ ਪੜ੍ਹਨਾ ਕਿ ਇੱਕ ਵੱਖਰੇ ਨਜ਼ਰੀਏ ਤੋਂ ਵੱਖਰੇ ਪੁਆਇੰਟ ਆਫ ਵਿਊ ਤੋਂ ਦੁਨੀਆ ਨੂੰ ਦੇਖਣ ਦਾ ਮੈਨੂੰ ਲੱਗਦਾ ਇਹਨਾਂ ਨਾਲ ਬੈਠ ਕੇ ਬਹੁਤ ਕੁਝ ਸਿੱਖਦਾ ਬੰਦਾ। ਚਲੋ ਜੀ ਤੁਸੀਂ ਜਿਹੜਾ ਪਲੇ ਕਰਾਉਣ ਜਾ ਰਹੇ ਹੋ ਅਗਲਾ ਉਹਦੀ ਗੱਲ ਆਪਾਂ ਲਾਸਟ ਕਰਨੀ ਹੈ ਕਿਉਂਕਿ ਮੀਨਾਕਸ਼ੀ ਹੋਰੀ ਨਾਲ ਸਨ ਔਰ ਮੈਨੂੰ ਖੁਸ਼ੀ ਇਹ ਹੈ ਕਿ ਸਾਡੀ ਬੇਟੀ ਮਿਸ਼ਠੀ ਜਿਹੜੀ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਪਸੰਦ ਕਰਦੀ ਹੈ ਔਰ ਮੇਰੇ ਖਿਆਲ ਅਸੀਂ ਹਰ ਸ਼ੁੱਕਰਵਾਰ ਪਹਿਲਾ ਹੀ ਦੂਜਾ ਜਿਹੜਾ ਸ਼ੋਅ ਹੁੰਦਾ ਪੰਜਾਬੀ ਫਿਲਮਾਂ ਦਾ ਉਹ ਸਾਡੇ ਨਾਲ ਦੇਖਣ ਜਾਂਦੀ ਹੈ ਔਰ ਕਈ ਫਿਲਮਾਂ ਤੇ ਐਸੀਆਂ ਹੈ ਜਿਹੜੀਆਂ ਉਹਨੇ ਮੰਜੇ ਬਿਸਤਰੇ ਹੁਣ ਤਾਂ ਮੈਨੂੰ ਨਿੱਕਾ ਜੈਲਦਾਰ ਮੈਂ ਕਿਹਾ 20-25-25-50-50 ਵਾਰੀ ਦੇਖੀਆਂ ਹੋਣਗੀਆਂ ਅਸੀਂ ਘਰ ਦੇ ਵਿੱਚ ਤਾਂ ਪੰਜਾਬੀ ਫਿਲਮਾਂ ਜਦੋਂ ਬੱਚੇ ਦੇਖਦੇ ਆ ਤੇ ਪੰਜਾਬੀ ਸੱਭਿਆਚਾਰ ਨਾਲ ਬੋਲੀ ਨਾਲ ਕਲਚਰ ਨਾਲ ਜੁੜਦੇ ਆ ਬੜੀ ਵੱਡੀ ਪੰਜਾਬੀ ਫਿਲਮਾਂ ਦੀ ਵੀ ਦੇਣ ਹੈ ਤੇ ਉਹਨੇ ਵੀ ਬੜਾ ਇੰਜੋਏ ਕੀਤਾ ਇਸ ਪਲੇ ਨੂੰ ਸਾਡੇ ਨਾਲ ਸੀ ਉਹ ਪਰ ਮੈਂ ਚਾਹਾਂਗਾ ਕਿ ਮੀਨਾਕਸ਼ੀ ਹੋਰੀ ਆਪਣੇ ਜਿਹੜੇ ਇਹਨਾਂ ਦੇ ਜਜ਼ਬਾਤ ਹੈ ਜੋ ਵੀ ਇਹਨਾਂ ਨੇ ਮਹਿਸੂਸ ਕੀਤਾ ਸ਼ੋਅ ਨੂੰ ਜੀ ਜੀ ਹਾਂ ਪਲੇ ਜਦੋਂ ਅਸੀਂ ਦੇਖਣ ਗਏ ਸੀਗੇ 2 ਘੰਟੇ ਦਾ ਪਲੇ ਸੀਗਾ ਔਰ ਜਿਸ ਤਰ੍ਹਾਂ ਅਸੀਂ ਦੇਖਣ ਬੈਠੇ ਹਾਂ ਹਾਲਾਂਕਿ ਜਿਸ ਤਰ੍ਹਾਂ ਸੈਂਸਰ ਨੇ ਪਹਿਲੇ ਦੱਸਿਆ ਕਿ ਮਾਈਕ ਦੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀਗੀ ਪਰ ਇੰਨਾ ਕੁ ਕੌਨਫੀਡੈਂਸ ਤੁਹਾਡੇ ਦੇ ਵਿੱਚ ਕਿ ਸਾਨੂੰ ਲੱਗ ਹੀ ਨਹੀਂ ਸੀ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਇਸ਼ੂ ਹੈਗਾ ਤੁਸੀਂ ਉਸ ਤਰ੍ਹਾਂ ਨਾਲ ਪਲੇ ਨੂੰ ਜਿਹੜਾ ਹੈ ਪਰਫਾਰਮ ਕੀਤਾ ਉਹੀ ਜ਼ੀਲ ਉਹੀ ਜਿਹੜਾ ਤੁਹਾਡਾ ਜਿਹੜਾ ਪੈਸ਼ਨ ਸੀਗਾ ਔਰ ਉਨੀ ਐਨਰਜੀ ਦੇ ਨਾਲ ਪਲੇ ਨੂੰ ਤੁਸੀਂ ਕੀਤਾ ਔਰ ਜਿਸ ਤਰ੍ਹਾਂ ਪਲੇ ਦੇ ਵਿੱਚ ਅਸੀਂ ਅੱਗੇ ਵਧਦੇ ਗਏ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਹਾਸੇ ਵਾਲਾ ਪਲੇ ਹੈ ਕਾਮੇਡੀ ਹੈ ਪਰ ਵਿੱਚ ਵਿੱਚ ਹੱਸਦੇ ਹੱਸਦਿਆਂ ਤੁਸੀਂ ਇੰਨੇ ਕੁ ਇੰਪੋਰਟੈਂਟ ਮੈਸੇਜਸ ਦਿੱਤੇ ਹੈ ਜਿਹੜੇ ਕਿ ਇੱਕਦਮ ਸਾਡੇ ਦਿਲ ਨੂੰ ਛੋਹਣ ਵਾਲੇ ਹੈਗੇ ਆ ਔਰ ਇਹ ਜਿਹੜੇ ਮੈਸੇਜਸ ਬੜੇ ਇੰਪੋਰਟੈਂਟ ਹੈਗੇ ਕਈ ਵਾਰੀ ਸੀਰੀਅਸ ਤਰੀਕੇ ਨਾਲ ਮੈਸੇਜਸ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਕਦੀ ਵੀ ਸ਼ਾਇਦ ਪਹੁੰਚਦੇ ਨਹੀਂ ਹੈਗੇ ਉਸ ਨੂੰ ਸੀਰੀਅਸਨੈਸ ਨੂੰ ਜਿਹੜਾ ਹੈ ਅਪਰੋਚ ਜਿਹੜਾ ਕਰਨਾ ਹਰ ਇੱਕ ਵਾਸਤੇ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਪਰ ਇੰਨੇ ਕੰਫਰਟ
ਕੰਫਰਟੇਬਲੀ ਇੰਨੇ ਹਾਸੇ ਮਜ਼ਾਕ ਦੇ ਵਿੱਚ ਇੰਨੇ ਲਾਈਟ ਵੇ ਦੇ ਵਿੱਚ ਜਿਹੜੇ ਤੁਸੀਂ ਸਾਰੇ ਮੈਸੇਜਸ ਦਿੱਤੇ ਹੈ ਔਰ ਇੰਨਾ ਮਜ਼ੇਦਾਰ ਪਲੇ ਦਿੱਤਾ ਹੈ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਨੂੰ ਤਾਂ ਅਸੀਂ ਰਾਣਾ ਜੀ ਅਕਸਰ ਮੂਵੀਜ਼ ਵਗੈਰਾ ਵਿੱਚ ਵੀ ਦੇਖਦੇ ਹਾਂ ਔਰ ਕਈ ਤਰ੍ਹਾਂ ਦਾ ਤੁਹਾਡਾ ਆਪਣਾ ਜਿਹੜਾ ਬੜਾ ਵੱਡਾ ਰੋਲ ਹੈਗਾ ਹੈ ਜਿਹੜਾ ਪੰਜਾਬੀ ਕਲਚਰ ਨੂੰ ਛੋਟੇ ਬੱਚਿਆਂ ਤੱਕ ਵੀ ਜਿਸ ਤਰ੍ਹਾਂ ਅਸੀਂ ਗੱਲ ਕਰ ਹੀ ਰਹੇ ਹਾਂ ਕਿ ਇੱਥੋਂ ਦੇ ਕੈਨੇਡੀਅਨ ਬੋਰਨ ਬੱਚੇ ਵੀ ਦੇਖਦੇ ਨੇ ਅਤੇ ਉਹਨਾਂ ਤੱਕ ਪਹੁੰਚਾਉਣ ਵਾਸਤੇ ਔਰ ਜਿਹੜੀ ਤੁਸੀਂ ਕਿਤਾਬਾਂ ਪੜ੍ਹਦੇ ਹੋ ਉਹ ਕਿਤਾਬਾਂ ਇਸ ਪਲੇਅ ਦੇ ਵਿੱਚ ਜਿਹੜੀਆਂ ਉਹ ਬਿਲਕੁਲ ਜ਼ਾਹਿਰ ਹੋ ਰਹੀਆਂ ਸੀਗੀਆਂ ਉਹ ਜਿਹੜੀ ਨੌਲੇਜ ਹੈ ਤੁਸੀਂ ਗੇਨ ਕੀਤੀ ਹੋਏਗੀ ਪਤਾ ਨਹੀਂ ਕਿੱਥੋਂ ਪੜ੍ਹ ਪੜ੍ਹ ਕੇ ਅਤੇ ਉਹ ਜਿਹੜੀ ਹੈ ਜਾਂ ਤੁਹਾਡੀ ਅੰਦਰੂਨੀ ਤੁਹਾਡੀ ਆਪਣੀ ਇੱਕ ਸ਼ਖਸੀਅਤ ਦੀ ਵੀ ਇੱਕ ਨੌਲੇਜ ਹੁੰਦੀ ਹੈ ਉਹ ਸਾਰੀ ਇਸ ਪਲੇਅ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀ ਸੀਗੀ ਔਰ ਵੱਡੀ ਗੱਲ ਹੈ ਕਿ ਬੜੇ ਹਾਸੇ ਦੇ ਵਿੱਚ ਬੜੇ ਕੌਮਿਕ ਵੇ ਵਿੱਚ ਦੇਖਣ ਵਿੱਚ ਮਿਲ ਰਹੀ ਸੀਗੀ ਔਰ ਬੜਾ ਹੀ ਮਜ਼ੇਦਾਰ ਪਲੇਅ ਸੀਗਾ ਔਰ ਅਸੀਂ ਲੱਗ ਰਿਹਾ ਹੈ ਸਾਨੂੰ ਕਿ ਦੁਬਾਰਾ ਜਿਹੜਾ ਅਗਲਾ ਸ਼ੋਅ ਹੋਣ ਜਾ ਰਿਹਾ ਸੀ ਉਹ ਵੀ ਦੇਖਣ ਜਾਵਾਂਗੇ ਬਿਲਕੁਲ ਬਿਲਕੁਲ ਤੁਸੀਂ ਦੋਵੇਂ ਪਹਿਲੀ ਕਤਾਰ ਵਿੱਚ ਬੈਠੇ ਹੋਣੇ ਚਾਹੀਦੇ ਹੋ ਔਰ ਇਹ ਕਿ ਨਾਟਕ ਦੇ ਜਦੋਂ ਦਰਸ਼ਕ ਹੁੰਦੇ ਆ ਉਹ ਇਕੱਲਾ ਨਾਟਕ ਦੇਖ ਕੇ ਤੁਰ ਜਾਣਾ ਉਹ ਇੱਕ ਅਲੱਗ ਗੱਲ ਹੈ ਪਰ ਜਦੋਂ ਸੁਨੇਹਾ ਲੈਣਾ ਤੇ ਸੁਨੇਹਾ ਅੱਗੇ ਸਪਰੈਡ ਕਰਨਾ ਔਰ ਉਹਨੂੰ ਐਪਰੀਸ਼ੀਏਟ ਕਰਨਾ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੁੰਦਾ ਹੈ ਤੁਸੀਂ ਇੰਨੀ ਐਪਰੀਸ਼ੀਏਸ਼ਨ ਕੀਤੀ ਇੰਨੀ ਸ਼ਾਬਾਸ਼ ਦੇ ਰਹੇ ਹੋ ਮੇਰੀ ਡਿਊਟੀ ਹੋਰ ਸਖਤ ਕਰਤੀ ਭੈਣ ਜੀ ਤੁਸੀਂ ਮੈਂ ਕਦੇ ਵੀ ਤੁਹਾਨੂੰ ਭਾਬੀ ਜੀ ਨਹੀਂ ਕਿਹਾ ਅੱਜ ਤੱਕ ਮੈਂ ਭੈਣ ਜੀ ਕਹਿੰਦਾ ਜਦੋਂ ਵੀ ਮਿਲਦਾ ਤਾਂ ਮੈਨੂੰ ਸਕੂਨ ਮਿਲਦਾ ਇਹ ਕਹਿ ਕੇ ਔਰ ਇੱਕ ਨਾਟਕ ਦਾ ਜਿਵੇਂ ਸੈਣੀ ਸਾਹਿਬ ਤੇ ਤੁਸੀਂ ਗੱਲ ਕੀਤੀ ਨਾਟਕਕਾਰ ਦਾ ਐਕਟਰ ਦਾ ਲੇਖਕ ਦਾ ਇਹ ਫਰਜ਼ ਹੁੰਦਾ ਕਿ ਉਹ ਹਨੇਰਿਆਂ ਦੇ ਵਿੱਚ ਦੀਵਾ ਜਗਾਵੇ ਔਰ ਰੋਂਦੇ ਨੂੰ ਹਸਾਵੇ ਜਿਵੇਂ ਆਪਾਂ ਨਾਟਕ ਵਿੱਚ ਕਿਹਾ ਕਿ ਰੋਂਦੇ ਨੂੰ ਜਦੋਂ ਹਸਾਵਾਂ ਉਦੋਂ ਮੈਂ ਰੱਬ ਤੇ ਆਵਾਂ ਖੁਸ਼ੀਆਂ ਦੇ ਦੀਪ ਜਗਾਵਾਂ ਭਰਮਾਂ ਦੇ ਰਾਹ ਨਾ ਜਾਵਾਂ ਸੋ ਭਰਮਾਂ 'ਚੋਂ ਕੱਢਣ ਦਾ ਕੰਮ ਹੋਣਾ ਚਾਹੀਦਾ ਹੈ ਨਾਟਕ ਦਾ ਕਾਮੇਡੀ ਭਾਵੇਂ ਟਫ ਜੋਬ ਹੈ ਪਰ ਇਹ ਟਫ ਜੋਬ ਕਰਦਾ ਹੋਇਆ ਮੈਂ ਰਿਲੈਕਸ ਬਹੁਤ ਮਹਿਸੂਸ ਕਰ ਚਲੋ ਜੀ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਕਿਸੇ ਐਕਟਰ ਨੂੰ ਸਕੂਨ ਥੀਏਟਰ ਕਰਕੇ ਆਉਂਦਾ ਹੈ ਮੈਂ ਓਮਪੁਰੀ ਸਾਹਿਬ ਨੂੰ ਬੜੇ ਵਾਰੀ ਪੁੱਛਦਾ ਸੀ ਫਿਲਮਾਂ ਦੀ ਗੱਲ ਵੈਸੇ ਅਸੀਂ ਘੱਟ ਕਰਦੇ ਸੀ ਪਰਿਵਾਰਕ ਗੱਲਾਂ ਜ਼ਿਆਦਾ ਕਰਦੇ ਸੀ ਪਰ ਜਦੋਂ ਵੀ ਕਿਤੇ ਗੱਲ ਚੱਲਣੀ ਤਾਂ ਉਹਨਾਂ ਕਹਿਣਾ ਕਿ ਜੋ ਸਕੂਨ ਮੈਨੂੰ ਥੀਏਟਰ ਤੋਂ ਆਉਂਦਾ ਹੈ ਉਹਦਾ ਕੋਈ ਜਵਾਬ ਨਹੀਂ ਅਤੇ ਥੀਏਟਰ ਉਹਨਾਂ ਦਾ ਹਮੇਸ਼ਾ ਹੀ ਪਹਿਲਾ ਲਗਾਵ ਸੀ ਫਸਟ ਕਹਿੰਦਾ ਲਵ ਉਹਨਾਂ ਦਾ ਥੀਏਟਰ ਹੀ ਸੀ ਔਰ ਉਸੇ ਤਰ੍ਹਾਂ ਹੀ ਇਹਨਾਂ ਨੇ ਵੀ ਰਾਣਾ ਹੋਰਾਂ ਨੇ ਰਾਜਵੀਰ ਹੋਰਾਂ ਨੇ ਇਹ ਪਲੇਅ ਤੁਹਾਡੇ ਲਈ ਲੈ ਕੇ ਆਏ ਨੇ ਮਾਸਟਰ ਜੀ ਅਸਲ ਦੇ ਵਿੱਚ ਮਾਸਟਰ ਜੀ ਇੱਕ ਕਿਰਦਾਰ ਹੈ ਜਿਹਨੂੰ ਇਹਨਾਂ ਨੇ ਇਸ ਤਰੀਕੇ ਨਾਲ ਉਹਨੂੰ ਪਰੋਇਆ ਹੈ ਕੰਸੀਵ ਕੀਤਾ ਉਸ ਕਿਰਦਾਰ ਨੂੰ ਕਿ ਉਹਦੇ ਮੂੰਹ ਤੋਂ ਉਹ ਸਾਰੀਆਂ ਗੱਲਾਂ ਜਿਹੜੀਆਂ ਸ਼ਾਇਦ ਆਪ ਕਹਿਣਾ ਚਾਹੁੰਦੇ ਹੋਣਗੇ ਕਦੀ ਉਸ ਤੋਂ ਕੁਹਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਰਵੀਰ ਆਮ ਤੌਰ 'ਤੇ ਇਹ ਹੁੰਦਾ ਹੈ ਕਿ ਪਲੇ ਸੀਰੀਅਸ ਹੋ ਜਾਂਦੇ ਆ ਭਾਰੇ ਹੋ ਜਾਂਦੇ ਆ ਔਰ ਦੇਸ਼ ਦੇਖਣ ਵਾਲੇ ਜਿਹੜੇ ਲੋਕ ਆ ਥੋੜ੍ਹਾ ਫਿਰ ਉਭਣ ਲੱਗ ਪੈਂਦੇ ਆ ਕਿਉਂਕਿ ਡੋਜ਼ ਹੈਵੀ ਹੋ ਜਾਂਦੀ ਹੈ ਮੇਰੇ ਖਿਆਲ ਤੁਸੀਂ ਜਿਹੜਾ ਵਿੱਚ ਹਰ 10-15 ਮਿੰਟ ਬਾਅਦ ਜਿਹੜੇ ਪੰਚ ਰੱਖੇ ਹੋਏ ਨੇ ਉਹਨੂੰ ਨਾਲ ਨਾਲ ਹਲਕਾ ਕਰੀ ਜਾ ਰਹੇ ਹੋ ਜਰਾ ਅਕਸਰ ਸੀਰੀਅਸ ਹੋਣ ਲੱਗਦਾ ਫਿਰ ਤੁਸੀਂ ਕਾਮੇਡੀ ਲੈ ਦਿਓ ਤਾਂ ਮੇਰੇ ਖਿਆਲ ਉਹ ਵੀ ਇੱਕ ਕਾਰਨ ਹੈ ਕਿ ਪਲੇਅ ਦੀ ਨਿਰੰਤਰਤਾ ਜਿਹੜੀ ਉਹਦੀ ਕੰਟੀਨਿਊਟੀ ਬਣੀ ਰਹਿੰਦੀ ਹੈ ਜੀ ਇਹ ਐਕਚੁਅਲੀ ਇਹਦੇ ਕਿਰਦਾਰ ਦੇ ਵਿੱਚ ਮੇਰੇ ਪਾਪਾ ਦਾ ਬਹੁਤ ਵੱਡੀ ਝਲਕ ਹੈ ਹਨਾ ਮੈਨੂੰ ਲੱਗ ਹੀ ਰਿਹਾ ਸੀ ਮੇਰੇ ਪਾਪਾ ਟੀਚਰ ਰਿਟਾਇਰ ਹੋਏ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਉਹ ਟੀਚਰ ਸੀਗੇ ਤੇ ਹੁਣ ਤਾਂ ਸਾਡੇ ਕੋਲੇ ਨਹੀਂ ਹੈਗੇ ਸਰੀਰਕ ਤੌਰ ਦੇ ਉੱਤੇ ਬਟ ਉਹ ਹੁਣ ਮੈਂ ਨਾਟਕ ਦੇ ਵਿੱਚ ਹਮੇਸ਼ਾ ਲਈ ਪਾ ਲਏ ਨੇ ਤੇ ਉਹਨਾਂ ਨੂੰ ਜਦੋਂ ਵੀ ਸਾਨੂੰ ਜਾਣਨ ਵਾਲੇ ਦੇਖਣਗੇ ਉਹ ਪਛਾਣਨਗੇ ਕਿ ਮਾਸਟਰ ਮੋਹਨ ਸਿੰਘ ਦੀ ਝਲਕ ਮਿਲ ਰਹੀ ਹੈ ਇਹਦੇ ਵਿੱਚੋਂ ਸੋ ਉਹਨਾਂ ਨੂੰ ਮੇਰੇ ਆ ਚਾਚੀਆਂ ਤਾਈਆਂ ਜਾਂ ਉਹਨਾਂ ਦੇ ਦੋਸਤ ਮਿੱਤਰ ਰੰਗੀਲਾ ਕਹਿੰਦੇ ਹੁੰਦੇ ਸੀ ਬਟ ਉਹ ਸੀਰੀਅਸ ਥੌਟ ਦੇ ਬਹੁਤ ਮਾਲਕ ਸੀ ਪਰ ਬਿੱਟ ਬਹੁਤ ਸੀ ਉਹਨਾਂ ਕੋਲੇ ਹਸਾਉਂਦੇ ਬਹੁਤ ਸੀਗੀ ਕੌਮਿਕ ਪਕੜ ਬਹੁਤ ਅੱਛੀ ਸੀ ਸੋ ਮੈਂ ਉਹਨਾਂ ਦਾ ਕਿਰਦਾਰ ਰੱਖਿਆ ਕਿ ਇੰਨੀਆਂ ਸੀਰੀਅਸ ਗੱਲਾਂ ਕਰਦੇ ਕਿਤੇ ਭਾਰਾ ਪਣ ਨਾ ਹੋ ਜੇ ਤੇ ਜਿਹੜੇ ਆਮ ਯੂਥ ਨੇ ਵੀ ਆਉਣਾ ਬਜ਼ੁਰਗਾਂ ਨੇ ਵੀ ਆਉਣਾ ਉਹ ਰਿਲੈਕਸ ਵੀ ਫੀਲ ਕਰਨ ਹੱਸਦੇ ਹੱਸਦੇ ਬਾਅਦ 'ਚ ਮਹਿਸੂਸ ਕਰਨ ਵੀ ਇਹ ਤਾਂ ਬਹੁਤ ਵੱਡਾ ਟੀਕਾ ਲਾਇਆ ਸੋ ਪਾਪਾ ਉਹ ਟੀਕਾ ਲਾਉਂਦੇ ਸੀ ਸੋ ਇਸੇ ਡਿਊਟੀ ਨੂੰ ਨਿਭਾਇਆ ਉਹਨਾਂ ਦੀ ਝਲਕ ਹੈ ਵਿੱਚ ਉਹਦੇ ਬਾਕੀ ਆਪਣੇ ਆਸੇ ਪਾਸੇ ਜੋ ਆਪਾਂ ਵਿਗਾੜ ਪਿਆ ਹੋਇਆ ਜੋ ਕੁਰੀਤੀਆਂ ਸਾਡੇ ਆਸੇ ਪਾਸੇ ਫੈਲੀਆਂ ਹੋਈਆਂ ਨੇ ਅਸੀਂ ਕਹਿੰਦੇ ਸਾਰੇ ਹਾਂ ਕਿ ਸਭ ਕੁਝ ਵਧੀਆ ਹੋਣਾ ਚਾਹੀਦਾ ਹੈ ਸਭ ਕੁਝ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਅੱਛਾ ਵਾਪਰਨਾ ਚਾਹੀਦਾ ਹੈ ਪਰ ਸੋ ਅੱਛੇ ਵਾਪਰਨ ਲਈ ਅਸੀਂ ਕੀ ਕਰ ਰਹੇ ਹਾਂ ਐਫਰਟ ਕੀ ਕਰ ਰਹੇ ਹਾਂ ਉਹ ਮੇਰਾ ਖਿਆਲ ਐਫਰਟ ਸਾਨੂੰ ਸਾਰਿਆਂ ਨੂੰ ਹੀ ਕਰਨੇ ਚਾਹੀਦੇ ਨੇ ਪਰ ਜਦੋਂ ਤੁਸੀਂ ਕਲਾਕਾਰ ਹੋਵੋ ਜਦੋਂ ਤੁਸੀਂ ਲੇਖਕ ਹੋਵੋ ਤਾਂ ਤੁਹਾਡਾ ਇਹ ਫਰਜ਼ ਬਣ ਜਾਂਦਾ ਤੁਹਾਡੀ ਡਿਊਟੀ ਬਣ ਜਾਂਦੀ ਹੈ ਕਿ ਤੁਸੀਂ ਸੁਸਾਇਟੀ ਨੂੰ ਕੀ ਪੇਬੈਕ ਕਰ ਰਹੇ ਹੋ ਉਹ ਕੀ ਹਨੇਰਿਆਂ ਦੇ ਵਿੱਚ ਦੀਵਾ ਜਗਾ ਰਹੇ ਹੋ ਸੋ ਮੈਂ ਕੋਸ਼ਿਸ਼ ਕੀਤੀ ਮੈਨੂੰ ਤੁਹਾਡੇ ਸ਼ਬਦ ਦੱਸ ਰਹੇ ਨੇ ਕਿ ਅਸੀਂ ਸਫਲ ਹੋਏ ਹਾਂ ਔਰ ਦੋ ਸ਼ੋਅ ਹੋਏ ਨੇ ਦੋਨੇ ਬਹੁਤ ਅੱਛਾ ਰਿਸਪੌਂਸ ਆ ਰਿਹਾ ਔਰ ਏਜੈਕਸ ਵਾਲੇ ਸ਼ੋਅ ਦੇ ਤਾਂ ਭਾਜੀ ਕਮਾਲ ਫੀਡਬੈਕ ਆ ਰਹੀ ਹੈ ਕਮਾਲ ਦੀ ਫੀਡਬੈਕ ਆ ਰਹੀ ਹੈ ਸੋ ਹੁਣ ਡਿਊਟੀ ਸਖਤ ਹੋ ਗਿਆ ਕਿ ਅਗਲੇ ਸ਼ੋਅ ਵੀ ਵਧੀਆ ਜਾਣ ਅੱਗੇ ਜਿੱਥੇ ਪੇਸ਼ਕਾਰੀਆਂ ਕਰਾਂਗੇ ਤੇ ਮੈਨੂੰ ਲੱਗਦਾ ਹੈ ਉਮੀਦ ਹੈ ਕਿ ਵਧੀਆ ਜਾਣਗੇ ਚਲੋ ਜੀ ਫਿਲਮ ਇੱਕ ਵਾਰੀ ਬਣ ਜਾਏ ਤੇ ਫਿਲਮ ਨੂੰ ਮੁੜ ਕੇ ਰਿਲੀਜ਼ ਹੋ ਜਾਏ ਲੇਕਿਨ ਨਾਟਕ ਦੇ ਵਿੱਚ ਹਮੇਸ਼ਾ ਹੀ ਤੁਹਾਡੀ ਫੀਡਬੈਕ ਮਿਲਦੀ ਰਹਿਣੀ ਚਾਹੀਦੀ ਹੈ ਕਈ ਕੁਛ ਐਸਾ ਹੈ ਜਿਹੜਾ ਇਹ ਹੋਰ ਜੋੜਨਾ ਚਾਹਣਗੇ ਇਸ਼ੂਜ਼ ਬਹੁਤ ਨੇ ਸਾਡੇ ਸਮਾਜ ਦੇ ਵਿੱਚ ਮੁਸ਼ਕਲਾਂ ਬਹੁਤ ਨੇ ਪਰੇਸ਼ਾਨੀਆਂ ਬੜੇ ਨੇ ਬਹੁਤ ਨੇ ਲੇਕਿਨ ਇੱਕ ਨਾਟਕ ਸਾਰਾ ਕੁਝ ਨਹੀਂ ਪਾਇਆ ਜਾ ਸਕਦਾ ਪਰ ਇਹਨਾਂ ਨੇ ਫਿਰ ਵੀ ਕੋਸ਼ਿਸ਼ ਕੀਤੀ ਹੈ ਕਿ ਕੁਝ ਜਿਹੜੇ ਬੜੇ ਅਹਿਮ ਮਸਲੇ ਹੈ ਸਮਾਜ ਦੇ
और कितने कितने हाल भी दसन की कोशिश करते हैं विच विच, तो कुल मिला के बड़ा अच्छा नाटक बनया है। और मेरा ख्याल है कि जो तक ये सारे प्ले जिन्हें भी और अगे इन्हों जाके शो होने हैं कर लेंगे यदा होर रूप निखरता जाएगा जो जो उन्होंने फीडबैक मिलेगी। तो रणवीर काफ़ी फिल्मा कर रहे हो, लिख भी रहे हो, और एक पासे ते नाटक का काम है, दूजे पासे फिल्मा भी चल रही है, और एक स्नोमैन फिल्म की बड़ी चर्चा हो रही है, बड़ी जल्दी रिलीज होने वाली है, और मैं पता लगा वो जो ट्रेलर है वो बहुत ज्यादा लोग पसंद कर रहे ट्रेलर नू भी। दो शब्द इस फिल्म बारे भी दो जानकारी। स्नोमैन 2 दिसंबर नू रिलीज होनी है, बड़ी टेढ़ी फिल्म लिखी है मैं, इस तरह की कदे मैं सब्जेक्ट ना नाटक का लिखा ना कदे फिल्म का लिखा। ग्रे शेड की फिल्म है, सारे करैक्टर तकरीबन नैगेटिव ने पर बड़ा पॉजिटिव मैसेज है कि सानू जो आसे पासे समाज के बच्चों स्कूल के घर बुली किया जाता है, घर डोमैसटिक वायलेंस होंगी है, वो तो पीड़ित लोगों की कहानी हैगी है। मेरे लिए लिखना बहुत बड़ा चैलेंज सी क्योंकि सारे करैक्टर इस तरह के सी, कोई नशे का आदि है, कोई सिगरट पींदा है, कोई गाला कढ़दा है। सो बुराई नू समाज दे नू एक सबजैक्ट विच लैके आना, 1.5 घंटे विच कहना, 1.5 घंटे की फिल्म है, फुल पैकेज है। इस तरह का एफर्ट कदे होया नहीं गा, इन्नी टेढ़ी फिल्म कदे पंजाबी दे विच सिनेमे विच आई नहीं। तुहानू एक इंटरनेशनल लैवल का सिनेमा वेखण नू मिलेगा, जरूर जायो, तुसीं वेखण जायो। पर इन्ना जरूर है कि मैं कहूँगा, बेनती करूँगा कि जिहड़े बच्चे 15-16 साल तो थले ने उन्हां नू ध्यान नाल लैके जायो, क्योंकि ब्लड बहुत है और अग्रैशन बहुत है, वायलेंस बहुत है फिल्म दे विच। ठीक है जी, चलो जी, फिल्मां लगातार बन रही हैं पंजाबी फिल्मां दा, हुण जिहड़ा इस वेले असीं मुहांदरा देख रहे हैं वो बिल्कुल नवे पद्धर ते देख रहे हैं। एक समा सी ओही पंजाबी फिल्मां दा जट 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 शब्द पा के विच, जट ते जमीन हर गल दे पुत जट्टां दे, लेकिन हुण मीनिंगफुल पर पंजाबी फिल्मां बन लग पई हैं, और इहदा वड्डा जिहड़ा योगदान वो इत्थे जिहड़े बाहरले मुल्कां च रहिंदे पंजाबी है उहनां दा बड़ा वड्डा रोल है। तो तुसी दोनों पक्ष देख ले, तुसी बाहर आ भी रहे हो, बाहरले लोकां च विचर भी रहे हो, पर तुसी आप इत्थे हुण माइग्रेट होके आ गए हो, तो मेरा ख्याल है बड़ा वड्डा फैसला सी तुहाडा, एडा वड्डा उत्थे तुहाडा परिवार, एडा वड्डा तुहाडा उत्थे अपना भाईचारा कह लो जां तुहाडा कारोबार कह लो, मेल मिलाप कह लो, लेकिन तुसी उह सारा छड्ड के जदों इत्थे आए, मन च कई सवाल भी होणगे कि मैं ठीक डिसीजन लै रहा कि नहीं। हाँ जी, मैं एक गल पापा तो जरूर सीखी सी भी ज़्यादा डिसीजन लो ना, जे लै ले तो फिर वो पूरे उतरो, फिर पिछे मुड़ के ना देखो, फिर अगे वधो। दूजा जिवें तुसीं नाटक दे विच गुरु नानक देव जी की फिलोसफी है, मैं उस फिलोसफी और बाबे दे उस वरदान के उत्ते अमल करदा कि उजड़ जाओ, जे चंगी गल करनी है तो उजड़ जाओ। बाबा जी ने भी अपनी धरती छड़ के थां थां ते गए, सुनेहा देण लई नॉलेज मिलती है। सो मैं यह अगे बच्चों की ग्रोथ लई ते एक साफ सुथरा माहौल जां सारा कुछ करन लई और नवा कुछ सीखण लई असीं इह फैसला लिया, इत्थे आए। मेरा तो अप डाउन चलता रहिंदा, पंजाब जाने इत्थे आ जाने, अलग अलग देशों विच मिलदे आ, बट मैं इत्थे बह के अरदास करां, इत्थे लिखी बह के, असीस इत्थे बह के लिखी, मां इत्थे बह के लिखी, मंजे बिस्तरे भी मैं कनेडा विच बह के लिखी। पार्ट 2 पार्ट 1 मंजे बिस्तरे पहली मैं लिखी है, दूजी नहीं मैं लिखी। अच्छा, दूजी लिखी। हां जी, पार्ट 1 लिखी सी। हां जी, इत्थे बह के लिखी। कमाल दी फिल्म सी, कमाल दी, कमाल। सो मंजे बिस्तरे इत्थे बह के लिखी सी। क्या बात है, चलो तुहानू ए भी मतलब एक तरह दा मौका मिल जांदा है लिखण पढ़ण दा भी इत्थे बैठ के, और जिहड़ा माहौल चाहीदा माहौल भी मिल रहा है। बहुत सारे पंजाबी एक्टर ने जिन्हां दे परिवार इत्थे ने, बहुत सारे पंजाबी एक्टर जिहड़े आंदे जांदे रहिंदे आ, पर राणा रणवीर होरां ने सरी दे विच अपना पक्का मुकाम बनाया, लेकिन यस इन्हां दी जिहड़ी कंटिन्यूटी है फिल्मों के विच वो अगे नाल होर वधदी जा रही है। कलाकार अच्छे ने, बहुत सारे वखो वखरे मौके मिल रहे हैं, ये सब दे चलदियां इन्हां दी लंबी जर्नी दे चलदियां इन्होंने एक नाटक का जो उपराला किया, थोड़ा विलखण है नाटक की, थोड़ी जी कहिंदे ने जी गिनती घट होंदी दर्शकों की, लेकिन जे तुसीं जाओ इन्हां नूं हुंगारा दवो, होर हिम्मत करेंगे, होर अच्छे अच्छे नाटक लैके आएंगे। जसवंत जफर होरां दी जरूर गल करना चाहवांगे, अधूरी गल रह जाएगी अपनी। हाँ बिल्कुल, दो शब्द कहना चाहो उन्हां बारे। जफर साहब को राइटर ने, जे जफर साहब ना लिखते, जफर साहब दी रचनावां ना हुंदियां तां जिहड़ा तुसीं मास्टर जी दा आनंद माणिया नाटक दा, जिहड़ी फिलोसफी तुहानूं फड़ मिलदी आ उहदे विच्चों, भगत सिंह होरां बारे, गुरु नानक देव जी बारे, सिखिज़म बारे, लाइफ बारे, तां नाटक संपूर्ण नहीं होणा सी। मैं जफर साहब दा खास तौर ते धन्नवाद करदा, सिर्फ एक वार कहा सी कि तुसीं नाटक लिखोगे मेरे नाल, कहिंदे पुछदा क्यों है, कह मैनूं मैं लिखूंगा। सो जफर साहब ने आना सी नाटक देखण बट नहीं आ सकते, वह कहिंदे मैनूं पंजाब दिखा के जाइए, आपां पंजाबी भवन लुधियाणे करांगे। मैं कहा जरूर करूंगा। सो एक वाहिद इहो जिहे लेखक ने पंजाबी दे, मैं कहना जे तुसीं सच्चे मार्ग ते चलना है और जे तुसीं तर्क नाल, दलील नाल और पॉजिटिव लाइफ जिउणी है तां तुसीं जफर साहब दीआं किताबां जरूर पढ़ो। मतलब असीं नानक दे की लगदे हां, ये बंदा की हुंदा है, और
सिख सो खोज लहे भगत सतगुर हमारा यह बहुत कमाल दी किताबां ने जरूर पढ़ने चाहिए। चलो जी मीनाक्षी तुहाडा कोई सवाल राणा जी लई लास्ट दे विच कोई? नहीं मैं हमेशा हालांकि सानू उत्थे कनेडा होए नू 21 साल हो गए है थोड़ी जिन्ना थोड़े प्रवासी ने भी 20 साल पूरे कर ले साडे प्रवासी ने 20 साल पूरे कर ले और मैनू हजे भी कई बार इस तरह लगता होंगे हालांकि कैनेडा हूँ साडा घर ही बन चुका है पर हजे भी एक तांग जी जी है बैक होम पिछे रही है कि असं इतने आए थे उत्थे इंज सी पर तुसी जिस तरह ही गल कही कि बाबा जी की गल ते अमल करते हुए कि बाबा जी कहते उजड़ जाओ जी जी रणवीर पहला काम किया अपनी जॉब तो रिजाइन दिता पहली रात मैं भी रिजाइन दे तो मेरे जिन्हें भी दोस्त सारे हजे जॉब रखी बैठे चार पांच साल उन्होंने जॉब रखी पर मैं पहले दिन पहली रात पहला काम किया कि अपनी जॉब तो रेजिग्नेशन भेजा कि मैं मुड़ के वापस नहीं आना एक मन बना लिया एक निश्चा बना लिया कि नहीं इत्थे रहना है इत्थे ग्रो करना है और अज परमात्मा की बख्शिश है कि 22 साल हो गए सानू आया नू इत्थे ते अज सफर पिछे मुड़ के देखते हैं 22 साल लंघ भी कितने गए भी नहीं पता लगा पर एट द सेम टाइम जो कुछ भी प्राप्त किया इस निश्चय नाल किया कि इस धरती से आए हैं दूजा जफर साहब नूं याद करदा जसवंत जफर होरां नाल बहुत वड्डा कुदरत दे कैसा भाणा वापरिया कि साडा भतीज खोलिया सी कुदरत ने 23 सालां दा नौजवान सी उन्होंने किवें हौसले नाल अगे वधे और तुसीं मैं जो घाटे च हुंदा जां मैं धक्का हुंदा जो फिर मैनूं पीफा याद आ जांदा है तां मैं फिर सैनी साहब वाली झाकदा मैं कहा यार जे सैनी होरी झल सकदे आ ते अग्गे वध सकदे आ चढ़दी कला नाल हसदे चेहरे नाल मिल सकदे आ तां राणे तेरे नाल तां कुछ नहीं वापरिया लव यू भाजी थैंक यू सो मच राणे और ये सब दा प्यार है जिन्ने भी एक्टर इत्थे गए सी पीफा जिन्हां ने कीता अज भी वह सब उन्ना ही प्यार करदे आ और उन्नी ही वह इज्जत देंदे आ मन कई बार भर भी जांदा उन्हां दी हौसला अफजाई भी है अच्छे शब्द भी ना जो आते मिलते हैं अच्छा लगता है थैंक यू सो ए लगता कि चलो पैसा गुआया सी लॉस होया सी पर बहुत कुछ मिलिया जीवन के बड़े सारे कौड़े सच भी समझने मिले तो नाले बहुत कुछ गेन भी किया और जो तुम कोई यहोजा काम करते हो वड्डा काम उस निश्चित तौर के उत्ते कुछ तुहानू देना भी पैंदा कुछ लैन तो पहला तो उसकी प्राइस पे करनी पैंदी है पर सानू खुशी है अज पिछे मुड़ के देखते हैं कि एडा वड्डा शो होया और दोबारा करावांगे शो बार बार करावांगे यकीन करो पर मैं एक सुनेहा देना चाहना जान तो पहला एक गलबात समाप्त करने तो पहला जो नवे इमीग्रेंट आए जो रणवीर उन्होंने गल की है कि इस मुल्क जो आ ही गए हो मुश्किल समा लग रहा है शुरुआत दौर में सब बंदे मुश्किल चो गुजरे हैं मत सोचो कि आंदियां सब नूं सब कुछ प्लेट च मिल गया बड़े बड़े संघर्षों से लोग लंघे है जिहड़े लंघे उन्हां नूं पता ही होएगा तो इस करके घबराओ ना हौसला नहीं ढाणा इन्हां दे नाटक च अगे चल के देखोगे संदेश यही है बार बार कि हौसला नहीं छड्डना लड़ना है और लगातार जूझना है तो इस करके इस मुल्क च आयो अपनी थां आप बनाओ मेहनत ना बनाओ ईमानदारी ना बनाओ लेकिन यह जरूर है गल है तो तुहाडा सब का शुक्रिया राजवीर जान तो पहला थोड़ा जिहा प्ले बारे सुनेहा दे दिओ कदों है कित्थे है सारी जानकारी बिल्कुल जी प्ले 3 दिसंबर नूं साडा हुण इत्थे शो होना सो जिथे जिथे जे तुसीं देखना कई बार पुछ लैंदे आ सनी साहब किहो जिहा प्ले होना मैं कहा हुण सानूं दसण दी घट लोड़ आ हुण तुसीं बाई हुणां दा इंस्टा फॉलो के देख लो उत्ते सारे फीडबैक पाए हुए आ जिहड़े ऑडियंस वल्लों आए ने सारे उत्थे लाइव रिव्यूज पाए हुए ने सो तुसीं उह देख लिओ ते मैं अवतार बाई जी उहनां दा वी बहुत बहुत धन्नवाद करदा अवतार जी नूं लियाओ नाल अवतार जी इधर आओ जरा फिर चौथे काले तों बोलदे हो अवतार जी आओ जरा सारी इनफॉर्मेशन देणगे बिल्कुल जी सैनी साहब बहुत बहुत शुक्रिया सो प्रवासी रेडियो टीवी जिथे भी परिवार सुन रहे हैं उन्होंने सत्कार हमेशा की तरह सो मास्टर जी शो टिकटां पाई 3 लोकेशन दिल दी डायरिया नोट कर लो ढिलों वीडियो ब्रैम्पटन टीवी एंड अपलाइंसिस से पईआं ने फ्रेंड्स फर्नीचर मॉल से पईआं ने जां फिर तुसीं ऑनलाइन प्लेटफॉर्म जिहड़ा eventbrite.com ते जाके टिकटां लैणियां ते टिकटां की कीमत हुण दस दईए बोपरा साहब $30 भाव $30 की टिकट है भाई चाहे ना जानकारी दे ली नंबर 416-317-2733 क्या बात है और मैं राणा जी का जो सुरमा बेचने वाली गल भी चेते आ गई इन्होंने नाटक सुरमा भी बेचना है ते आ जो अवतार और अंदर स्टाइल है तुसी ओदे च ओ महसूस करोगे एक तो उत्थों तो नहीं लिया ना कोई मैं इन्हां तो लिया है चलो जी एक दूजे तो आपां कई कई कुछ लैंदे आ पर थैंक यू सो मच तुहाडा आने और राणा जी गल्लां ते नहीं है पे आपां नखा करदे रहांगे ते गल्लां मुकणियां नहीं पर एक बारी फिर तो तुहाडे आने वाले फिल्मां लई तुहाडे आने वाले कैरियर लई
और ऐदा ही संजीदगी नाल सेवा करते रहो और मैं जिस तरह शुरू च किया उत्थे गल मुकावांगा कि तुहाडे कोल कला है और तुसीं सिर्फ और सिर्फ अपनी कला के बलबूते ते इत्थे पहुंचे हो और इस कला नूं इस तरह ही अगे वधांदे रहो और तुसीं इंस्पिरेशन हो आने वाले अगले पीढ़ियां लई और मैं भी दस देवां कि जे तुहाडे बच्चों नूं शौक है थिएटर दा एक्टिंग दा डायरेक्शन दा ते उहदे च भी मदद करदे आ ते जदों उह समां आएगा ते राजवीर नूं असीं पुछांगे जुड़े हुए रेडियो प्रोग्राम प्रवासी।